ਕੂੜਾ ਨਾ ਚੁਕਵਾਏ ਜਾਣ ਕਾਰਨ SAS ਨਗਰ ਵਿੱਚ ਲੱਗੇ ਕੂੜੇ ਦੇ ਢੇਰ। ਮਸ਼ੀਨਾਂ ਖਰਾਬ ਹੋਣ ਕਾਰਨ 4 ਦਿਨਾਂ ਤੋਂ ਨਹੀਂ ਚੁੱਕਿਆ ਗਿਆ ਕੂੜਾ। ਸ਼ਹਿਰ ਦੇ ਵੱਖ-ਵੱਖ ਫੇਜ਼ਾਂ ਵਿੱਚ ਸਥਿਤ ਡੰਪਿੰਗ ਪੁਆਇੰਟਾਂ ਤੋਂ ਪਿਛਲੇ 3-4 ਦਿਨਾਂ ਤੋਂ ਕੂੜਾ ਨਾ ਚੁੱਕੇ ਜਾਣ ਕਾਰਨ ਇਹਨਾਂ ਥਾਵਾਂ ਤੇ ਕੂੜੇ ਦੇ ਢੇਰ ਲੱਗ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਨਿਗਮ ਦੀਆਂ ਕੂੜਾ ਚੁਕਵਾਉਣ ਵਾਲੀਆਂ ਮਸ਼ੀਨਾਂ JCB ਅਤੇ ਟਿੱਪਰ ਖਰਾਬ ਹੋਣ ਕਾਰਨ ਪਿਛਲੇ 3-4 ਦਿਨਾਂ ਤੋਂ ਕੂੜਾ ਚੁਕਵਾਉਣ ਦਾ ਕੰਮ ਰੁਕਿਆ ਹੋਇਆ ਸੀ, ਜਿਹੜਾ ਅੱਜ ਸਵੇਰੇ ਆਰੰਭ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹਨਾਂ ਮਸ਼ੀਨਾਂ ਦੀ ਮੁਰੰਮਤ ਅਤੇ ਰੱਖ ਰਖਾਵ ਦਾ ਕੰਮ ਪਹਿਲਾਂ ਨਿਗਮ ਦੀ ਸੈਨੇਟਰੀ ਸ਼ਾਖਾ ਵੱਲੋਂ ਕੀਤਾ ਜਾਂਦਾ ਸੀ, ਪਰੰਤੂ ਪਿਛਲੇ ਮਹੀਨੇ ਇਹ ਕੰਮ ME ਬ੍ਰਾਂਚ ਨੂੰ ਦੇ ਦਿੱਤਾ ਗਿਆ ਅਤੇ ਇਸ ਦੌਰਾਨ ਕੂੜਾ ਚੁੱਕਣ ਦਾ ਕੰਮ ਕਰਨ ਵਾਲੀਆਂ 2 JCB ਮਸ਼ੀਨਾਂ ਅਤੇ ਟਿੱਪਰ ਖਰਾਬ ਹੋ ਗਏ, ਜਿਨ੍ਹਾਂ ਦੀ ਮੁਰੰਮਤ ਨਾ ਹੋਣ ਕਾਰਨ ਇਹ ਕੰਮ ਵਿਚਾਲੇ ਹੀ ਰੁਕ ਗਿਆ। ਨਗਰ ਨਿਗਮ ਦੇ ਸੂਤਰਾਂ ਅਨੁਸਾਰ 2 JCB ਮਸ਼ੀਨਾਂ ਅਤੇ 1 ਟਿੱਪਰ ਕੱਲ੍ਹ ਠੀਕ ਹੋਏ ਹਨ, ਜਿਸ ਤੋਂ ਬਾਅਦ ਕੂੜਾ ਚੁਕਵਾਉਣ ਦਾ ਕੰਮ ਆਰੰਭ ਹੋਇਆ ਹੈ। ਫੇਜ਼ 6 ਦੇ ਕੌਂਸਲਰ ਸ਼੍ਰੀ RP ਸ਼ਰਮਾ ਨੇ ਦੱਸਿਆ ਕਿ ਸਥਾਨਕ ਫੇਜ਼ 6 ਵਿੱਚ ਪੈਟਰੋਲ ਪੰਪ ਦੇ ਸਾਹਮਣੇ ਡੰਪਿੰਗ ਪੁਆਇੰਟ ਵਿੱਚੋਂ ਪਿਛਲੇ 4 ਦਿਨਾਂ ਤੋਂ ਕੂੜਾ ਨਹੀਂ ਚੱਕਿਆ ਗਿਆ, ਜਿਸ ਕਾਰਨ ਇਸ ਡੰਪਿੰਗ ਪੁਆਇੰਟ ਵਿੱਚ ਕੂੜੇ ਦੀ ਭਰਮਾਰ ਹੋ ਗਈ ਹੈ। ਉਹਨਾਂ ਕਿਹਾ, ਜਦ ਵੀ ਕਾਰਪੋਰੇਸ਼ਨ ਨਾਲ ਗੱਲ ਕਰੋ, ਚਾਹੇ ਸੈਂਟਰੀ ਇੰਸਪੈਕਟਰ ਨਾਲ ਗੱਲ ਕਰੋ, ਚੀਫ ਇੰਸਪੈਕਟਰ ਨਾਲ ਗੱਲ ਕਰੋ, ਉਹ ਕਹਿੰਦੇ ਸਾਡੀ JCB ਖਰਾਬ ਹੋਈ ਵੀ ਹੈ। JCB ਖਰਾਬ ਹੋਣ ਦੇ ਨਾਤੇ ਵੀ ਅਸੀਂ ਅੱਜ ਕੱਲ੍ਹ ਇਹ ਕੂੜੇ ਨੂੰ ਜਿਹੜੇ ਡੰਪ ਨਹੀਂ ਕਰ ਸਕਦੇ। ਮੈਂ ਪਿਛਲੇ ਹਫ਼ਤੇ ਵੀ ਇੱਕ ਵਾਰੀ ਕਮਿਸ਼ਨ ਸਾਹਿਬ ਨੂੰ ਗੱਲ ਕਰਕੇ ਮਸੋਂ ਇਹ ਚੁਕਵਾਇਆ ਸੀਗਾ, ਉਹ ਇੱਕ ਵਾਰੀ ਚੱਕ ਕੇ ਲੈ ਗਏ। ਉਸ ਤੋਂ ਬਾਅਦ ਹੁਣ ਫਿਰ ਇਹ 4-5 ਦਿਨ ਤੋਂ ਜਿਹੜਾ ਸਾਰਾ ਕੂੜਾ ਮਤਲਬ ਉਰੇ ਹੀ ਪਿਆ ਹੈ, ਨਾ ਇਹਨੂੰ ਸਕਾਣਾ ਕੋਈ JCB ਆਉਂਦੀ ਹੈ, ਨਾ ਕੋਈ ਸਕਾਣਾ ਲੋਡ ਕਰਨ ਵਾਸਤੇ ਗੱਡੀ ਆਉਂਦੀ ਹੈ, ਸ਼ਹਿਰ ਤੋਂ ਕੱਢਦੇ ਹੈ, ਆ ਉਰੇ ਫੈਂਕ ਜਾਂਦੇ ਹੈ। ਮਤਲਬ ਇਹ ਨਾਲ ਤੁਸੀਂ ਦੇਖੋ ਵੀ ਕਿੱਦਾਂ ਪੰਛੀ ਉੱਪਰ, ਮਤਲਬ ਦੇਖੋ ਇੱਲਾਂ ਕਿਆ, ਹੋਰ ਕਿਆ, ਸਾਰੇ ਲਹਿਰਾਂ ਨੇ, ਕਿਉਂਕਿ ਬਿਮਾਰੀ ਫੈਲਣ ਦਾ ਵੀ ਡਰ ਹੈ। ਜੇ 4-4 ਦਿਨ ਤੁਸੀਂ ਕੂੜਾ ਨਹੀਂ ਚੱਕੋਗੇ ਤਾਂ ਉਸ ਕਾਰਨ ਬਿਮਾਰੀ ਤਾਂ ਫੈਲਣੀ ਹੋ ਫੈਲਣੀ ਹੈ। ਇੱਕ ਪਾਸੇ ਆਪਾਂ ਸਵੱਛ ਭਾਰਤ ਦੇ ਨਾਅਰੇ ਲਾਉਂਦੇ ਹਾਂ ਵੀ ਮੋਹਾਲੀ ਨੂੰ ਸਵੱਛ ਭਾਰਤ ਬਣਾ ਜਾਂਗੇ, ਪਹਿਲੇ ਨੰਬਰ 'ਤੇ ਲਿਆ ਜਾਂਗੇ, ਇਹ ਹਿਸਾਬ ਹੈ ਪਹਿਲੇ ਨੰਬਰ 'ਤੇ ਲਿਆਉਣ ਦਾ ਇਹਨਾਂ ਦਾ। ਨੰਬਰ 2 ਕੋਈ ਸੁਣ ਕੇ ਰਾਜ਼ੀ ਨਹੀਂ ਹੈਗਾ, ਕੋਈ ਕੰਮ ਕਰਕੇ ਰਾਜ਼ੀ ਨਹੀਂ ਹੈਗਾ। ਅੱਜ ਮੇਰੀ ਫਿਰ ਉਸ ਕਾਰਨ ਗੱਲ ਹੋਈ ਹੈ ਸੈਂਟਰੀ ਇੰਸਪੈਕਟਰ ਨਾਲ, ਕਹਿੰਦੇ ਜੀ ਉਸ ਕਾਰਨ ਸਾਡੇ ਕੋਲ ਉਸ ਕਾਰਨ JCB ਖਰਾਬ ਹੋਈ ਵੀ ਹੈ, 1 JCB ਕਿਤੇ ਗਈ ਵੀ ਹੈ ਜੀ। ਮਤਲਬ ਜੇ ਮੋਹਾਲੀ ਸ਼ਹਿਰ ਦੇ ਵਿੱਚ ਮਸ਼ੀਨਰੀ ਦੀ ਇਹ ਪੋਜੀਸ਼ਨ ਹੈ ਤਾਂ ਫਿਰ ਕਿਹੜੇ ਤਰੀਕੇ ਨਾਲ ਕੰਮ ਚੱਲਣਗੇ ਜੀ। ਇਸ ਦੌਰਾਨ ਸ਼ਹਿਰ ਦਾ ਦੌਰਾ ਕਰਨ ਤੇ ਵੇਖਿਆ ਕਿ ਇੱਕਾ ਦੁੱਕਾ ਡੰਪਿੰਗ ਪੁਆਇੰਟਾਂ ਤੋਂ ਕੂੜਾ ਚੁਕਵਾ ਦਿੱਤਾ ਗਿਆ ਸੀ, ਜਦੋਂ ਕਿ ਬਾਕੀ ਥਾਵਾਂ ਤੇ ਕੂੜਾ ਪਿਆ ਸੀ। ਇਸ ਸੰਬੰਧੀ ਸੰਪਰਕ ਕਰਨ ਤੇ ਨਗਰ ਨਿਗਮ ਦੇ ਸਕੱਤਰ ਸ਼੍ਰੀ ਰਾਜੀਵ ਕੁਮਾਰ ਨੇ ਮੰਨਿਆ ਕਿ ਮਸ਼ੀਨਰੀ ਖਰਾਬ ਹੋਣ ਕਾਰਨ ਪਿਛਲੇ ਦਿਨਾਂ ਦੌਰਾਨ ਕੂੜਾ ਚੁਕਵਾਉਣ ਦਾ ਕੰਮ ਪ੍ਰਭਾਵਿਤ ਹੋਇਆ ਸੀ, ਪਰੰਤੂ ਹੁਣ ਮਸ਼ੀਨਾਂ ਠੀਕ ਹੋ ਗਈਆਂ ਹਨ ਅਤੇ ਕੱਲ੍ਹ ਤੱਕ ਪੂਰਾ ਕੂੜਾ ਚੁਕਵਾ ਦਿੱਤਾ ਜਾਵੇਗਾ। ਮੋਹਾਲੀ ਤੋਂ RP ਵਾਲੀਆ ਦੇ ਨਾਲ ਰਾਜਕੁਮਾਰ ਅਰੋੜਾ ਦੀ ਰਿਪੋਰਟ।